ਸੱਚ ਕੜਵਾ ਔਰ ਝੂਠ ਮਿੱਠਾ, ਲੇਕਿਨ ਫਿਰ ਵੀ ਚੁੱਪ 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 ਹੀ ਰਹਿਣ ਦੀ ਕੋਸ਼ਿਸ਼ ਕੀਤੀ, ਲੇਕਿਨ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਕੰਮ ਅਤੇ ਜ਼ੁਲਮ ਦੀ ਖੀਰ ਹੋ ਚੁੱਕੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ, ਕੈਸੇ ਮੇਰੇ ਭੈਣ ਭਾਈ, ਉਮੀਦ ਕਰਦਾ ਸਭ ਠੀਕ ਠਾਕ ਹੋਣਗੇ, ਖੁਸ਼ਬਾਸ਼ ਹੋਣਗੇ। ਇਸੀ ਪਿਆਰੀ ਸੀ ਦੁਆ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ, ਜਿਹਨਾਂ ਭੈਣ ਭਾਈਆਂ ਨੇ ਅਭੀ ਤੱਕ ਮਾਹਮ ਵਿਲੇਜ ਬਲੌਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਨ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਬਾਰ ਵਕਤ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅੱਛਾ ਜੀ, ਅੱਜ ਦੀ ਵੀਡੀਓ ਕੋਈ ਸਾਡੀ ਇਸ ਤਰ੍ਹਾਂ ਦੀ ਹੈ ਕਿ ਅਸੀਂ ਕੱਲ੍ਹ ਵੀ ਵੀਡੀਓ ਅਪਲੋਡ ਨਹੀਂ ਕਰ ਸਕੇ ਅਤੇ ਕੁਛ ਬਹੁਤ ਹੀ ਜ਼ਿਆਦਾ ਕਮੈਂਟਸ ਵੀ ਆ ਰਹੇ ਸੀ ਅਤੇ ਭੈਣ ਭਾਈਆਂ ਨੂੰ ਵੀ ਪਤਾ ਕਿ ਮੈਂ ਇੱਕ ਫਲਾਹ ਦੇ ਕੰਮ 'ਤੇ ਗਿਆ ਸੀ, ਯਾਨੀ ਕਿ ਬਹੁਤ ਬੜੀ ਨੇਕੀ ਦਾ ਕੰਮ ਸੀ, ਕਿਸੇ ਦਾ ਕੰਮ ਕਰਵਾਉਣਾ, ਨੇਕੀ ਦਾ ਕੰਮ ਕਰ ਦੇਣਾ ਇੱਕ ਆਖਰਤ ਦਾ ਖਜ਼ਾਨਾ ਹੀ ਆ ਜੀ, ਅਤੇ ਅੱਲਾ ਦੀ ਰਾਹ ਦੇ ਦੇਣਾ ਅੱਲਾ ਪਾਕ ਦੀ ਜ਼ਾਤ ਵੀ ਰਾਜ਼ੀ ਹੁੰਦੀ ਆ। ਉਹ ਮੇਰੇ ਭੈਣ ਭਾਈ ਨੂੰ ਪਤਾ ਕਿ ਅਸੀਂ ਗਏ ਸੀ, ਅਸੀਂ ਵਾਟਰ ਸਪਲਾਈ ਦਾ ਪਾਈਪ ਲੈਣ ਵਿਚਾਰਾ ਵਿਖਵਾ ਕੇ ਪਵਾ ਕੇ ਆਏ ਹਾਂ ਅਤੇ ਅੱਗੋਂ ਮੁਹੱਰਮ ਸ਼ਰੀਫ ਦਾ ਮਹੀਨਾ ਸੀ, ਮੁਹੱਰਮ ਸ਼ਰੀਫ ਅਸੀਂ ਉੱਥੇ ਹੀ ਗੁਜ਼ਾਰੇ ਆ, ਕੁਛ ਦਿਨ ਅਸੀਂ ਵੀਡੀਓ ਵੀ ਨਹੀਂ ਪਾਈਆਂ ਕਿਸੇ ਵਾਸਤੇ, ਕਿ ਮੁਹੱਰਮ ਸ਼ਰੀਫ ਦੇ ਵਿੱਚ ਇਹਤਰਾਮ ਕੀਤਾ, ਲੇਕਿਨ ਕੋਈ ਰੋਜ਼ੀ ਰੋਟੀ ਰਿਜ਼ਕ ਜਿਹੜਾ ਮੇਰੇ ਅੱਲਾ ਦੀ ਜ਼ਾਤ ਨੇ ਲਿਖ ਦਿੱਤਾ ਉਹ ਸ਼ਾਮ ਨੂੰ ਮੈਨੂੰ ਮਿਲ ਜਾਣਾ, ਮੇਰੇ ਬੱਚਿਆਂ ਨੂੰ ਮਿਲ ਜਾਣਾ, ਜੋ ਦੁਪਹਿਰ ਦਾ ਵਾ ਉਹ ਵੀ ਮਿਲਣਾ, ਜੋ ਸ਼ਾਮ ਦਾ ਵਾ ਸਵੇਰ ਦਾ ਉਹ ਵੀ ਮਿਲਣਾ। ਕਮੈਂਟਸ ਆ ਰਹੇ ਸੀ, ਜਿਹੜੇ ਕਮੈਂਟ ਜਿੰਨੇ ਵੀ ਆਏ ਸਾਰਿਆਂ ਦੇ ਮੈਂ ਸਕਰੀਨਸ਼ਾਟ ਲੈ ਕੇ ਰੱਖ ਲਏ ਹੋਏ ਨੇ, ਲੇਕਿਨ ਉਹਦੇ ਵਿੱਚ ਕੁਛ ਮੈਂ ਜਵਾਬ ਦਿੱਤੇ ਵੀ ਆ। ਅਲਹਮਦੁਲਿਲਾ ਅਸੀਂ ਆਪਣੇ ਇੱਕ ਨੇਕ ਕੰਮ ਦੇ ਵਾਸਤੇ ਗਏ ਸੀ, ਉਹ ਕਰਵਾ ਕੇ ਆਏ ਹਾਂ, ਉਸ ਤੋਂ ਬਾਅਦ ਅਸੀਂ ਆਪਣੇ ਇਲਾਕੇ 'ਚ ਆਪਣੇ ਘਰ ਪਹੁੰਚ ਚੁੱਕੇ ਹਾਂ। ਕਮੈਂਟਸ ਵੀ ਬੜੇ ਉੱਥੇ ਵੀ ਸੋਹਣੇ ਅਤੇ ਬਾਕੀ ਕੁਛ ਆਣ ਕੇ ਗੱਲਾਂ ਬਾਤਾਂ ਆਪਣੇ ਘਰ 'ਚ ਵੀ ਖੱਬਿਓ ਸੱਜਿਓ ਸੁਣੀਆਂ, ਦਿਲੀ ਦੁੱਖ ਹੋਇਆ, ਬਹੁਤ ਜ਼ਿਆਦਾ ਦੁੱਖ ਹੋਇਆ। ਅਤੇ ਕਮੈਂਟ ਜਿਹੜੇ ਕਰਦੇ ਸੀ ਉਹਨਾਂ ਨੂੰ ਵੀ ਜਵਾਬ ਵੀ ਦਿੱਤਾ ਵਿੱਚ ਕਮੈਂਟ ਦੇ, ਕੁਛ ਕਮੈਂਟ ਐਸਿਆਂ ਨੇ ਜਵਾਬ ਦਿੱਤਾ ਕਿ ਬਾਈ ਜਾਨ ਮੈਨੂੰ ਕਿਸੇ ਚੀਜ਼ ਦਾ ਇਲਮ ਨਹੀਂ ਹੈ, ਕੀ ਹੋ ਰਿਹਾ ਕੀ ਕਰ ਰਹੇ, ਲੇਕਿਨ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਕਿ ਕੌਣ ਕਿੰਨੇ ਜਿਹੜੇ ਮੇਰੇ ਭੈਣ ਭਾਈਆਂ ਨਾਲ ਐਸੇ ਮੋਬਾਈਲ 'ਤੇ ਜਿਹੜਾ ਸੀ ਸਾਡੇ ਕੋਲ ਹਰ ਬੰਦੇ ਕੋਲ ਜਾਂ ਮੇਰੇ ਕੋਲ ਵੀ ਆ, ਉਹਨਾਂ 'ਤੇ ਫੋਨਾਂ 'ਤੇ ਰਾਬਤੇ ਕਰਕੇ ਕੁਛ ਮੇਰੇ ਬਾਰੇ 'ਚ ਬਗੈਰਤ ਇਨਸਾਨ ਨੇ ਗੱਲਾਂ ਕੀਤੀਆਂ ਵਾ, ਜਿਹੜਾ ਵੀ ਹੈ ਮੈਨੂੰ ਨਹੀਂ ਇਸ ਚੀਜ਼ ਦਾ ਨਹੀਂ ਪਤਾ, ਮੇਰੇ ਅੱਲਾ ਨੂੰ ਪਤਾ ਉਸ ਚੀਜ਼ ਦਾ, ਅੱਲਾ ਖੁਦ ਇਸ ਚੀਜ਼ ਦਾ ਅਦਾਲਾ ਕਰੇਗੀ ਅਤੇ ਅੱਲਾ ਦੀ ਜ਼ਾਤ 'ਤੇ ਛੱਡੀ। ਅਤੇ ਬਾਕੀ ਅੱਜ ਮੈਂ ਜਵਾਬ ਦੇਵਾਂਗਾ ਆਪਣੇ ਭੈਣ ਭਾਈਆਂ ਨੂੰ ਕਿ ਦੇਖੋ, ਅੱਜ ਵੀ ਮੈਨੂੰ ਕਮੈਂਟਸ ਆਏ ਸੀ ਕਿ ਤੁਸੀਂ ਜਿਹੜਾ ਸਾਡੇ ਖਾਨਦਾਨ ਦੇ ਵਿੱਚ ਇੱਕ ਕੰਮ ਚੱਲ ਗਿਆ ਹੋਇਆ ਚੱਲਿਆ ਹੋਇਆ, ਸਾਰੇ ਭੈਣ ਭਾਈ ਨੂੰ ਪਤਾ ਵਾ, ਮੈਨੂੰ ਵੀ ਇਸ ਚੀਜ਼ ਦਾ ਇਲਮ ਆ, ਸਾਰਿਆਂ ਨੂੰ ਸੁਣ ਚੁੱਕਿਆਂ, ਲੇਕਿਨ ਦਿਲੀ ਦੁੱਖ ਹੋਇਆ, ਜਿਹਨੂੰ ਦੁੱਖ ਕਿਹਾ ਜਾਂਦਾ ਦਿਲੀ ਦੁੱਖ ਹੋਇਆ, ਔਰ ਇਸ ਚੀਜ਼ ਦੀ ਮੁਜ਼ੰਮਤ ਕਰਦੇ ਹਾਂ, ਦੁੱਖ ਹੋਇਆ ਬਹੁਤ ਜ਼ਿਆਦਾ ਹੋਇਆ। ਅੱਲਾ ਪਾਕ ਇਹੋ ਜਿਹਾ ਕੰਮ ਵੈਰੀ ਦੁਸ਼ਮਣ ਕੋਲੋਂ ਵੀ ਨਾ, ਉਹਦੇ ਘਰ ਵੀ ਨਾ ਹੋਵੇ ਜਿਹੜਾ ਮਸਲਾ ਹੋ ਗਿਆ, ਜਿਹੜਾ ਭੈਣ ਭਾਈ ਨੇ ਸੁਣ ਲਿਆ ਔਰ ਸਾਰਿਆਂ ਨੂੰ ਪਤਾ, ਠੀਕ ਹੈ ਨਾ। ਬਾਕੀ ਜੋ ਵੀ ਮੇਰੇ 'ਤੇ ਇਲਜ਼ਾਮਾਤ ਲੱਗਦੇ ਪਏ ਨੇ, ਸਭ ਤੋਂ ਪਹਿਲੇ ਤਾਂ ਇਹ ਚੀਜ਼ ਆ, ਜਿਹੜੇ ਇਲਜ਼ਾਮਾਤ ਲਾ ਰਹੇ ਨੇ ਭੈਣ ਭਾਈਆਂ ਨੂੰ ਦੱਸ ਰਹੇ ਨੇ, ਦੱਸ ਇਸੇ ਤਰ੍ਹਾਂ ਹੀ ਰਹੇਗਾ। ਵੀਡੀਓ ਮੈਂ ਕੋਈ ਨਹੀਂ ਵੇਖੀ ਕਿਸੇ ਦੀ ਵੀ, ਜਾਂ ਤਾਂ ਵੀਡੀਓ ਵਿੱਚ ਵਾਜ਼ਿਆ ਕਰ ਜਾਣ, ਫਿਰ ਵੀਡੀਓ ਮੈਂ ਵੀ ਦੇਖ ਲਵਾਂ, ਮੈਂ ਉਸ ਵਿੱਚ ਦੇਖਾਂ ਵੀ ਕੀ ਹੋ ਰਿਹਾ ਕੌਣ ਕਹਿ ਰਿਹਾ, ਫਿਰ ਉਸ ਦੇ ਮੁਤਾਬਕ ਮੈਂ ਵੀ ਜਵਾਬ ਦੇ ਸਕਾਂ। ਇੱਕ ਫੋਨ ਕਰਕੇ ਦੱਸ ਦੇਣਾ, ਜੈਸਾ ਕਿ ਮੈਂ ਪਹਿਲੇ ਵੀ ਕਿਹਾ ਜਾ, ਮੇਰਾ ਸੱਚ ਵਾ ਉਹ ਅੱਜ ਕੱਲ੍ਹ ਕੜਵਾ ਹੋ ਚੁੱਕਿਆ, ਕੌੜਾ ਹੋ ਚੁੱਕਿਆ, ਅਤੇ ਜਿਹੜਾ ਝੂਠ ਆ ਉਹ ਮਿਠਾਸ ਬਣ ਚੜਿਆ, ਉਹਦੀ ਮਿਠਾਸ ਇੰਨੀ ਕਾ ਕਿ ਬਹੁਤ ਜ਼ਿਆਦਾ, ਠੀਕ ਹੈ ਨਾ ਜੀ। ਅਤੇ ਲੇਕਿਨ
ਗੱਲ ਤਾਂ ਇਹੀ, ਅਸਲ ਚੀਜ਼ ਤਾਂ ਇਹੀ ਆ ਕਿ ਜਿਸ ਟਾਈਮ ਕੋਈ ਵੀ ਆ ਆਹਰ ਕੋਈ ਵੀ ਗੱਲਬਾਤ ਜਿਹਨੇ ਮੇਰੇ ਬਾਰੇ ਦੇ ਵਿੱਚ ਕਿਸੇ ਨੇ ਵੀ ਕੀਤੀ ਆ ਉਹ ਮੇਰਿਆਂ 'ਚੋਂ ਹੀ ਆ, ਉਹ ਪਰਿਓ ਤਾਂ ਨਹੀਂ ਕੋਈ ਕਰਦਾ, ਜਿਹਨੇ ਵੀ ਕੀਤੀ ਆ ਉਹਨੇ ਗਲਤ ਕੀਤੀ ਆ, ਅਤੇ ਜਿਹਨੇ ਭੈਣ ਭਾਈਆਂ ਨੇ ਸੁਣੀ ਆ ਸਾਡਾ ਨੰਬਰ ਵੀ ਵੀਡੀਓ 'ਤੇ ਲੱਗਾ ਹੁੰਦਾ, ਅੱਜ ਵੀ ਲਾਵਾਂਗੇ, ਉਹ ਸਾਡੇ ਨਾਲ ਰਾਬਤਾ ਵੀ ਕਰ ਸਕਦਾ, ਸਾਡੇ ਕੋਲ ਵੀ ਪੁੱਛ ਸਕਦਾ ਵੀ ਭਾਈ ਇਹ ਗੱਲ ਅਸੀਂ ਸਾਨੂੰ ਸੁਣਨ ਚਾਹੀਏ ਆ, ਉਹ ਸਾਨੂੰ ਦੱਸੋ ਇਹਦੇ ਬਾਰੇ ਕੀ ਮਸਲਾ ਵਾ, ਕੀ ਗੱਲ ਆ, ਕਿਸ ਤਰ੍ਹਾਂ ਹੋਈ ਆ, ਕਿਸ ਤਰ੍ਹਾਂ ਨਹੀਂ ਹੋਈ, ਜੇ ਸਾਡੇ ਗੱਲਬਾਤ ਪੁੱਛਣਗੇ ਅਸੀਂ ਦੱਸਣ ਨੂੰ ਤਿਆਰ ਹਾਂ ਵੀ ਉਹ ਗੱਲ ਕਿਵੇਂ ਹੋਈ ਆ, ਕਿਵੇਂ ਚੱਲਦੀ ਆ ਰਹੀ ਆ, ਨਹੀਂ ਚੱਲਦੀ ਆ ਰਹੀ, ਉਸ ਗੱਲ ਦਾ ਕੋਈ ਮੁੱਢ ਹੈ, ਉਸ ਮੁੱਢ ਗੱਲ ਦਾ ਕੋਈ ਵਜ਼ਨ ਹੈ ਜਾਂ ਨਹੀਂ ਹੈ, ਉਹ ਅਸੀਂ ਇਨਸ਼ਾਅੱਲਾ ਜ਼ਰੂਰ ਕਲੀਅਰ ਕਰਾਂਗੇ, ਠੀਕ ਆ ਜੀ। ਮੇਰੇ ਭੈਣ ਭਾਈਆਂ ਨੂੰ ਵੀ ਪਤਾ ਜਿਸ ਟਾਈਮ ਦੇਖੋ ਹਰ ਇਨਸਾਨ ਹਰ ਖਾਨਦਾਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ, ਕਿਸੇ ਨਾਲ ਨਾਰਾਜ਼ਗੀ, ਰੰਜਿਸ਼ ਹੁੰਦੀ ਆ, ਅਤੇ ਰੰਜਿਸ਼ ਇੱਦਾਂ ਨਹੀਂ ਕੱਢਣੀ ਚਾਹੀਦੀ, ਕਿਉਂਕਿ ਮੇਰੇ ਭੈਣ ਭਾਈਆਂ ਨੂੰ ਪਤਾ ਕਿ ਮੇਰੀ ਜਿਸ ਟਾਈਮ ਭਾਈ ਦੇ ਬੇਟੇ ਦੀ ਸ਼ਾਦੀ ਸੀ ਇੱਕ ਸਾਲ ਤੋਂ ਪਹਿਲੇ, ਮਰੀਆਂ ਬੇਟੀ ਨੂੰ ਰਾਤ ਨੂੰ ਇਹਨਾਂ ਨੇ ਉੱਥੋਂ ਰਾਤ ਦੀ ਅੱਧੀ ਹਨੇਰੀ 'ਚ ਰਾਤ ਉੱਥੋਂ ਕਢਵਾਇਆ, ਬੜੇ ਵਾਸਤੇ ਤਰਲੇ ਪਾਏ, ਲੇਕਿਨ ਇਹਨਾਂ ਨੇ ਉਹਨਾਂ ਦਾ ਕੋਈ ਗੱਲਬਾਤ ਨਹੀਂ ਸੋਚੀ। ਉਸ ਦਿਨ ਤੋਂ ਬਾਅਦ ਮੇਰਾ ਉਹਨਾਂ ਦਾ ਲੈਣ ਦੇਣ ਲੇਕਾ ਦੇਕਾ ਖਤਮ, ਕੋਈ ਮੇਰੀ ਉਹਨਾਂ ਦੀ ਰਿਸ਼ਤੇਦਾਰੀ ਨਹੀਂ ਰਹਿ ਗਈ, ਕੋਈ ਮੇਰੇ ਉਹ ਤਲਕ ਵਾਸਤਾ ਨਹੀਂ ਰਹਿ ਗਿਆ, ਠੀਕ ਆ। ਬਾਕੀ ਬੜੇ ਭੈਣ ਭਾਈਆਂ ਨੇ ਵੀ ਦੇਖੇ ਆ, ਵੀਡੀਓ ਵੀ ਬਣਦੀਆਂ, ਅਸੀਂ ਜੀ ਮਰ ਗਏ ਹਾਂ, ਲੁੱਟੇ ਗਏ ਹਾਂ, ਸਾਡਾ ਰਹਿ ਨਹੀਂ ਕੋਈ ਗਿਆ। 10 ਦਿਨ ਤੋਂ ਬਾਅਦ ਇਕੱਠੇ, 10 ਦਿਨ ਤੋਂ ਬਾਅਦ ਇੱਕੋ ਪਲੇਟ ਦੇ ਵਿੱਚ ਇਕੱਠੇ, ਅੱਜ ਕਹਿ ਰਿਹਾ ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਅਤੇ ਨਾ ਰਹੇਗਾ, ਕਿਉਂਕਿ ਉਹਨਾਂ ਨੇ ਮੇਰੀ ਬੇਟੀ ਦੇ ਨਾਲ ਬਹੁਤ ਜ਼ਿਆਦੀ ਕੀਤੀ, ਠੀਕ ਆ ਜੀ। ਉਸ ਤੋਂ ਬਾਅਦ ਮੇਰਾ ਉਹਨਾਂ ਦਾ ਲੇਖਾ ਦੇਖੋ ਨਹੀਂ, ਨਾ ਮੈਂ ਕਿਸੇ ਦੀਆਂ ਮੋਟਰਸਾਈਕਲਾਂ ਦਾ ਇਲਜ਼ਾਮ ਲੱਗਾ, ਉਹ ਵੀ ਗਲਤ ਲੱਗ ਗਿਆ, ਕਿਉਂਕਿ ਮੇਰਾ ਉਹਨਾਂ ਦਾ ਬੋਲਚਾਲ ਹੀ ਨਹੀਂ ਰਿਹਾ ਗਿਆ। ਬਾਕੀ ਜਿਸ ਭੈਣ ਭਾਈ ਨੇ ਦੱਸਿਆ ਫੋਨ ਕਰਕੇ ਮੇਰੇ ਆਪਣਿਆਂ 'ਚੋਂ, ਮੇਰੇ ਆਪਣੇ ਖਾਨਦਾਨ 'ਚੋਂ ਹੀ ਦੱਸਿਆ, ਹੋਰ ਕਿਸੇ ਨਹੀਂ ਦੱਸ ਸਕਦਾ, ਨਾ ਕਿਸੇ ਨੂੰ ਕੋਈ ਦੁੱਖ ਆ, ਨਾ ਕਿਸੇ ਨੂੰ ਕੋਈ ਤਕਲੀਫ, ਉਹ ਜਿੰਨੇ ਵੀ ਦੱਸਿਆ ਉਹਨਾਂ ਨੇ ਗਲਤ ਦੱਸਿਆ। ਜੇ ਦੱਸਦਿਆਂ ਤਾਂ ਸਾਰਾ ਬਾਇਓਡੇਟਾ ਦੱਸ ਦਿਓ, ਅਸਲ ਚੀਜ਼ਾਂ ਸਾਹਮਣੇ ਲੈ ਕੇ, ਇਸ ਕੈਮਰੇ ਦੇ ਅੱਗੇ ਫਰੰਟ 'ਤੇ ਹੁਣ ਮੈਂ ਖੜ੍ਹਾਂ, ਸਿਰ 'ਤੇ ਮੈਂ ਸਾਫਾ ਬੰਨਿਆ, ਗੱਲਬਾਤ ਵੀ ਕਰ ਰਿਹਾ, ਠੀਕ ਆ, ਫਰੰਟ ਦੇ ਵਿੱਚ ਸਾਰੀਆਂ ਚੀਜ਼ਾਂ ਵੀ ਆ ਰਹੀਆਂ ਨਜ਼ਰ, ਠੀਕ ਆ ਜੀ, ਇਹ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ, ਲੇਕਿਨ ਇਹਦੇ ਬੈਕ ਸਾਈਡ 'ਤੇ ਨਹੀਂ ਪਤਾ ਕੀ ਹੋ ਰਿਹਾ। ਇਹਦੀ ਬੈਕ ਸਾਈਡ 'ਤੇ ਲੂਸਣ ਆ, ਕਣਕ ਆ, ਬਾਜਰਾ ਵਾ, ਸਬਜ਼ੀ ਆ, ਕਿਹੜੀ ਸ਼ਾਇਦ ਆ, ਇਹਦੀ ਬੈਕ ਸਾਈਡ 'ਤੇ ਮੇਰੇ ਭੈਣ ਭਾਈਆਂ ਨੂੰ ਨਹੀਂ ਪਤਾ ਹੈਗਾ। ਮੈਂ ਫੋਨ ਕਰਕੇ ਦੱਸ ਦੂੰਗਾ ਜੀ, ਇਹਦੇ ਪਿੱਛੇ ਨਹਿਰ ਆ ਜਾਂ ਵੈਸੇ ਹੀ ਕੋਈ ਚੀਜ਼ ਆ, ਪਤਾ ਤਾਂ ਲੱਗਣਾ ਜੋ ਫਰੰਟ 'ਤੇ ਸਾਹਮਣੇ ਪਿਆ। ਇੱਕ ਟੱਕਿਆਂ ਦੀ ਖਾਤਰ ਕਿਸੇ ਨੂੰ ਇਲਜ਼ਾਮ ਨਹੀਂ ਲਾ ਦੇਣਾ ਚਾਹੀਦਾ, ਬਦਨਾਮ ਨਹੀਂ ਕਰ ਦੇਣਾ ਚਾਹੀਦਾ, ਧੀਆਂ ਭੈਣਾਂ ਵਾਲੇ ਹਾਂ, ਇਹਤਰਾਮ ਕਰਦੇ ਹਾਂ, ਇੱਜ਼ਤ ਕਰਦੇ ਹਾਂ ਆਪਣੇ ਭੈਣ ਭਾਈਆਂ ਦੀ ਵੀ, ਔਰ ਠੀਕ ਆ, ਜ਼ਿੰਦਗੀ ਦੇ ਵਿੱਚ ਲੜਾਈਆਂ ਝਗੜੇ ਬੜਾ ਕੁਛ ਹੋ ਜਾਂਦਾ, ਹਰ ਖਾਨਦਾਨ 'ਚ ਹੁੰਦਾ, ਲੇਕਿਨ ਬਰਦਾਸ਼ਤੋਂ ਬਾਹਰ ਹੋ ਕੇ ਅੱਜ ਮੈਂ ਵੀਡੀਓ ਬਣਾ ਰਿਹਾ ਕਿ ਜਿੰਨੇ ਵੀ ਕੀਤੀ ਆ, ਮੈਂ ਮਾਜ਼ਰਤ ਚਾਹੁੰਦਾ ਕਿ ਕੁਛ ਨਾ ਕੁਛ ਖਿਆਲ ਕਰੋ, ਅਤੇ ਜਿਹੜੇ ਭੈਣ ਭਾਈ ਕਮੈਂਟ ਕੀ ਕਰਦੇ ਨੇ, ਬਾਕੀ ਤਾਂ ਮੈਂ ਕੁਛ ਅਪਲਾਈ ਦਿੱਤੀ ਆ, ਕੁਛ ਸੁਣ ਕੇ ਸ਼ਾਰਟ ਲੈ ਕੇ ਰੱਖੇ ਨੇ, ਅਤੇ ਸਿਰਫ ਇੱਕ ਆਦਮੀ ਆ ਅਬਦੁਲ ਰਹਿਮਾਨ ਤੋਂ ਐਡੀ ਆ, ਉਹਨੂੰ ਕੋਈ ਜ਼ਿਆਦਾ ਹੀ ਮਿਰਚਾਂ ਲੱਗੀਆਂ ਹੋਈਆਂ ਵਾ, ਉਹਨੂੰ ਕੋਈ ਜ਼ਿਆਦਾ ਹੀ ਮਿਰਚਾਂ ਵਾ, ਉਹ ਬਹੁਤ ਟੱਪਦਾ, ਉਹ ਕੋਈ ਵੀ ਕਮੈਂਟ ਭਾਈ ਕਰਦਾ, ਉਹ ਭੱਜ ਕੇ ਜਾ ਕੇ ਥੱਲੇ ਕੋਈ ਨਾ ਕੋਈ ਸ਼ਰਾਰਤ ਕਰਦਾ, ਠੀਕ ਹੈ ਨਾ। ਅਤੇ ਮੈਂ ਉਹਦੇ ਵੀ ਵਾਸਤੇ ਬੜੇ ਪਾਏ, ਤਰਲੇ ਪਾਏ ਵੀ ਵੀਰ ਭਰਾ ਸੋਹਣਿਆ, ਜਿਹੜਾ ਵੀ ਵਾਸਤੇ ਪਾਏ ਆ, ਜਿਹਨੂੰ ਮੰਨਦਾ ਉਹਦੇ ਵੀ ਪਾਏ, ਲੇਕਿਨ ਉਹ ਆਵਾਜ਼ ਨਹੀਂ ਆ ਰਿਹਾ। ਚਲੋ ਖੈਰ ਆ, ਕੋਈ ਮੰਨ ਲੈਣਾ ਬੜੀ ਨੇਕੀ ਆ, ਅੱਲਾ ਵੀ ਰਾਜ਼ੀ ਆ। ਬਾਕੀ ਜਦੋਂ ਤੁਹਾਨੂੰ ਅਸਲ ਚੀਜ਼ ਦਾ ਸੋਹਣਿਆ ਪਤਾ ਹੀ ਨਹੀਂ ਵੀ ਇਸ ਕੈਮਰੇ 'ਤੇ ਮੈਂ ਫਰੰਟ ਦਿਖਾ ਰਿਹਾ, ਬੈਕ ਸਾਈਡ 'ਤੇ ਕੀ ਆ, ਠੀਕ ਹੈ ਨਾ, ਉਨੀ ਦੇਰ ਤੱਕ ਗੱਲ ਕਰਨ ਦਾ ਤਾਂ ਫਾਇਦਾ ਹੀ ਕੋਈ ਨਹੀਂ, ਅਤੇ ਜਾਂ ਮੇਰੇ ਉਹ ਉੱਪਰ ਅੱਲਾ ਦੀ ਜ਼ਾਤ ਦੇਖਦਾ ਵਾਲੀ ਆ।
ਅਤੇ ਫੋਨ 'ਤੇ ਮੈਂ ਵੀ ਗੱਲ ਕਰ ਸਕਦਾ ਵੀ ਆਹ ਹੋ ਗਿਆ ਹੋ ਗਿਆ ਹੋ ਗਿਆ। ਬਾਕੀ ਮੈਂ ਆਪਣੇ ਭੈਣ ਭਾਈਆਂ ਅੱਗੇ ਰਿਕੁਐਸਟ ਕਰਦਾ, ਮਿਹਨਤ ਕਰਦਾ ਵੀ ਮੈਨੂੰ ਕਿਸੇ ਚੀਜ਼ 'ਚੋਂ ਕੋਈ ਇਲਮ ਨਹੀਂ। ਬਾਕੀ ਜਿਨ੍ਹਾਂ 'ਤੇ ਬਤਾਨ ਇਲਜ਼ਾਮਾਤ ਲੱਗਦੇ, ਮੇਰਾ ਉਹਨਾਂ ਦਾ ਕੋਈ ਤਲਕ ਨਹੀਂ, ਕੋਈ ਰਿਸ਼ਤੇਦਾਰੀ ਨਹੀਂ ਰਹਿ ਗਈ। ਇੱਕ ਸਾਲ ਅਤੇ ਕੁਛ ਮਹੀਨੇ ਹੋ ਚੁੱਕੇ ਨੇ, ਮੇਰਾ ਕੋਈ ਉਹਨਾਂ ਦਾ ਲਿਆ ਕਦੇ ਕਰੀ ਨਾ ਆਉਣ ਨਾ ਜਾਣ ਨਾ ਗੱਲ ਨਾ ਬਾਤ, ਠੀਕ ਆ ਜੀ, ਬਿਲਕੁਲ ਖਤਮ, ਠੀਕ ਹੋ ਗਿਆ ਨਾ ਜੀ। ਲੇਕਿਨ ਜੇ ਮੇਰੇ ਭੈਣ ਭਾਈ ਨੂੰ ਫਿਰ ਵੀ ਕੋਈ ਡਾਊਟ ਜਾਂ ਕੋਈ ਤਸੱਲੀ ਕਰਨਾ ਚਾਹੇ, ਮੈਂ ਆਪਣਾ ਨੰਬਰ ਲਾਵਾਂਗਾ ਅਤੇ ਮੇਰੇ ਨਾਲ ਰਾਬਤਾ ਕਰ ਲੈਣ, ਜਿਸ ਗੱਲ ਦਾ ਪੁੱਛਣਗੇ ਇਨਸ਼ਾਅੱਲਾ ਮੈਂ ਦੱਸਣ ਨੂੰ ਹਾਜ਼ਰ ਹਾਂ, ਹਰ ਦਮ ਤਿਆਰ। ਅਤੇ ਬਾਕੀ ਮੇਰੇ ਨਾਲ ਬਹੁਤ ਜ਼ੁਲਮ ਔਰ ਜ਼ਿਆਦੀ ਹੋਈ ਆ ਅਤੇ ਕਰ ਰਹੇ ਨੇ ਅਤੇ ਕਰਨ ਵਾਲਿਆਂ ਦਾ ਭਾਰਾ, ਅਤੇ ਮੈਂ ਆਪਣੇ ਅੱਲਾ ਪਾਕ ਦੀ ਅਦਾਲਤ 'ਚ ਫੈਸਲੇ ਦੇ ਦਿੱਤੇ ਨੇ, ਜਿਹੜਾ ਮੇਰੇ ਨਾਲ ਕਰੇਗਾ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਉਹ ਮੈਂ ਜ਼ਰੂਰ ਉਹਨੂੰ ਵੇਖਾਂਗਾ ਕਿ ਮੇਰੇ ਨਾਲ ਜ਼ਿਆਦੀ ਹੋਈ ਅੱਜ ਇਹਨਾਂ ਨਾਲ ਹੋ ਰਹੀ ਹੈ। ਅਤੇ ਠੀਕ ਹੈ ਜੀ, ਵੀਡੀਓ ਦੇ ਵਿੱਚ ਐਂਡ ਕਰਦੇ, ਮਿਲਾਂਗਾ ਇੱਕ ਨਵੀਂ ਵੀਡੀਓ ਦੇ ਨਾਲ। ਲਾਵੀਜ਼।